ਔਰਤਾਂ ਨੂੰ ਹੁਨਰਮੰਦ ਬਣਾਉਣ ਦੇ ਲਈ ਔਰਤਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਦੇ ਲਈ ਔਰਤਾਂ ਨੂੰ ਆਪਣੇ ਪਰਿਵਾਰ ਦੇ ਲਈ ਇੱਕ ਕਮਾਈ ਪੈਦਾ ਕਰਨ ਦੇ ਲਈ ਆਇਤੋਂ 5 ਸਾਲ ਪਹਿਲਾਂ ਮੈਂ ਜੋ ਸੈਲਫ ਹੈਲਪ ਗਰੁੱਪਾਂ ਨਾਲ ਜੁੜੀ ਹਾਂ ਉਸ ਨੂੰ ਪੂਰੇ ਤਨਮਨ ਨਾਲ ਨਿਭਾਉਂਦੇ ਹੋਏ ਆਪਣਾ ਮੈਂ ਪਿੰਡ ਦੇ ਵਿੱਚ ਜੋ ਗਰੁੱਪ ਬਣਾਏ ਨੇ ਉਹਨਾਂ ਗਰੁੱਪਾਂ ਨੂੰ ਚਲਾਉਂਦੇ ਹੋਏ ਹੀ ਮੈਨੂੰ ਇੱਕ ਅੱਗੇ ਵਧਣ ਦਾ ਮੌਕਾ ਮਿਲਿਆ ਜੋ ਸੋਚ ਕੇ ਗਈ ਸੀ ਵੀ ਇੱਕ ਪਾਇਲਟ ਦੀ ਟ੍ਰੇਨਿੰਗ ਲਾਂਗੀ ਉਸ ਤੋਂ ਵੱਧ ਮੈਨੂੰ ਹੁਣ ਅਹਿਸਾਸ ਹੋ ਰਿਹਾ ਕਿ ਕਿ ਅਸੀਂ ਆਪਣੇ ਪਹਿਰਾਵੇ ਨੂੰ ਲੈ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਸ਼ਾਇਦ ਔਰਤ ਸਿਮਟੀ ਰਹਿੰਦੀ ਹੈ ਬਟ ਇਹ ਸਾਡੇ ਪਹਿਰਾਵੇ ਨੂੰ ਦੇਖਦੇ ਹੋਏ ਵੀ ਲੋਕ ਇਹ ਮੋਟੀਵੇਟ ਹੋਣਗੇ ਔਰਤਾ ਕਿ ਕੱਲਾ ਪਹਿਰਾਵੇ ਦੇ ਨਾਲ ਹੀ ਇਨਸਾਨ ਪੜ੍ਹਾਈ ਲਿਖਾਈ ਵਾਲਾ ਨਹੀਂ ਲੱਗਦਾ ਕੁਝ ਦੇ ਅੰਦਰ ਜज्ਵਾ ਹੋਏ ਤਾਂ ਉਹ ਕੁਝ ਵੀ ਕਰਕੇ ਦਿਖਾ ਸਕਦਾ ਹੈ ਔਰ ਡਰੋਨ ਪਾਇਲਟ ਦੀ ਟ੍ਰੇਨਿੰਗ ਜਿਹੜੀ ਹੈ ਇਸ ਨੇ ਮੈਨੂੰ ਬਹੁਤ ਹੀ ਜ਼ਿਆਦਾ ਮਾਣ ਦਿਵਾਇਆ ਕੋਈ ਵੀ ਕੰਮ ਆ ਜਿਹਨੂੰ ਪਹਿਲੀ ਵਾਰ ਕਰਨਾ ਵਾ ਇੰਨਾ ਸੌਖਾ ਨਹੀਂ ਹੁੰਦਾ ਤੇ ਖਾਸ ਕਰਕੇ ਉਹ ਵੀ ਔਰਤਾਂ ਵਾਸਤੇ ਕਿਉਂਕਿ ਔਰਤਾਂ ਤੇ ਘਰੇ ਹੀ ਬਸ ਇਮਟੀਆਂ ਰਹਿੰਦੀਆਂ ਨੇ ਤੇ ਨਾ ਹੀ ਕੋਈ ਉਹਨਾਂ ਨੂੰ ਜ਼ਿਆਦਾ ਬਾਹਰ ਨਿਕਲਣ ਦਿੰਦਾ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਆ ਕਿ ਸਾਨੂੰ ਡਰੋਨ ਪਾਇਲਟ ਬਣਨ ਦਾ ਮੌਕਾ ਮਿਲਿਆ ਬਹੁਤ ਵਧੀਆ ਹੋ ਰਹੀ ਐ ਸਖਲਾਈ ਜੋ ਦੇ ਵੀ ਸਿੱਖਣੇ ਅੱਜ 6-7 ਦਿਨ ਹੋ ਗਿਆ ਸਾਨੂੰ ਇੱਥੇ ਵੀ ਸਿੱਖਣ ਡਿਆ ਨੂੰ ਲੱਗਿਆ ਸੀ ਥੋੜਾ ਔਖਾ ਪਰ ਇੰਨਾ ਵੀ ਔਖਾ ਨਹੀਂ ਲੱਗਿਆ ਵੀ ਜਿਹੜਾ ਅਸੀਂ ਕੋਈ ਵੀ ਵੀ ਲੇਡੀਜ਼ ਇਹ ਜਾ ਕੰਮ ਕਰ ਨਾ ਸਕੇ ਇਸੋ ਅਸਿਆ ਨੂੰ ਹੁਨਰਮੰਦ ਬਣਾਉਣ ਦੇ ਲਈ ਸਰਕਾਰਾਂ ਦੇ ਵੱਲੋਂ ਲਗਾਤਾਰ ਹੀ ਕਈ ਸਕੀਮਾਂ ਜਿਹੜੀਆਂ ਨੇ ਲਾਗੂ ਕੀਤੀਆਂ ਜਾਂਦੀਆਂ ਨੇ ਜਿੰਨਾਂ ਸਕੀਮਾਂ ਦੇ ਜਰੀਏ ਲੋਕ ਉਹਨਾਂ ਸਕੀਮਾਂ ਦੇ ਵਿੱਚ ਜਾ ਸਿੱਖ ਕੇ ਤੇ ਆਪਣੇ ਹੁਨਰ ਨੂੰ ਕਾਇਮ ਕਰਕੇ ਤਾਂ ਕਾਫੀ ਕਮਾਈ ਅੱਗੇ ਕਰ ਸਕਦੀਆਂ ਨੇ ਇਸੇ ਤਰੀਕੇ ਹੀ ਕੇਂਦਰ ਸਰਕਾਰ ਦੇ ਵੱਲੋਂ ਹੁਣ ਇੱਕ ਮਹਿਲਾਵਾਂ ਨੂੰ ਯਾਨੀ ਕਿ ਔਰਤਾਂ ਨੂੰ ਹੁਨਰਮੰਦ ਬਣਾਉਣ ਦੇ ਲਈ ਡਰੋਨ ਚਲਾਉਣ ਦੀ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਨਮੋ ਡਰੋਨ ਦੀਦੀ ਦੇ ਨਾਮ ਤੇ ਇਹ ਜਿਹੜੀ ਸਕੀਮ ਹੈ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਸੈਲਫ ਹੈਲਪ ਗਰੁੱਪ ਜਿਹੜੇ ਬਣੇ ਹੋਏ ਨੇ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਔਰਤਾਂ ਦੇ ਵੱਲੋਂ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ ਔਰਤਾਂ ਮਿਲ ਕੇ ਲਗਾਤਾਰ ਹੀ ਕੰਮ ਸਿੱਖਦੀਆਂ ਨੇ ਤੇ ਕੰਮ ਕਰਦੀਆਂ ਨੇ ਤੇ ਆਪਣੀ ਇਨਕਮ ਜਿਹੜੀ ਹੈ ਜਾਂ ਕਹਿ ਲਈਏ ਕਿ ਕਮਾਈ ਦਾ ਇੱਕ ਸੋਰਸ ਜਿਹੜਾ ਹੈ ਉਹ ਪੈਦਾ ਕਰਦੀਆਂ ਨੇ ਉਹਦਾ ਦੇ ਚਲਦੇ ਹੀ ਇਹ ਡਰੋਨ ਜਿਹੜੇ ਨੇ ਕੇਂਦਰ ਸਰਕਾਰ ਦੇ ਵੱਲੋਂ ਸੈਲਫ ਹੈਲਪ ਗਰੁੱਪ ਦੇ ਵਿੱਚ ਮਹਿਲਾਵਾਂ ਨੂੰ ਦਿੱਤੇ ਜਾ ਰਹੇ ਨੇ ਇਹਨਾਂ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ ਇਹਨਾਂ ਡਰੋਨਾਂ ਦੇ ਜਰੀਏ ਮਹਿਲਾਵਾਂ ਜੋ ਇਹਨਾਂ ਡਰੋਨਾਂ ਦੀ ਟ੍ਰੇਨਿੰਗ ਲੈ ਕੇ ਸਿੱਖ ਲੈਣਗੀਆਂ ਉਹਨਾਂ ਦੇ ਜ਼ਰੀਏ ਬਾਅਦ ਵਿੱਚ ਕਮਾਈ ਕਰ ਸਕਦੀਆਂ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਦੀਆਂ ਨੇ ਇਹਨਾਂ ਡਰੋਨਾਂ ਦੇ ਜ਼ਰੀਏ ਕਿਉਂਕਿ ਇਹਨਾਂ ਡਰੋਨਾਂ ਦੇ ਜ਼ਰੀਏ ਖੇਤਾਂ ਦੇ ਵਿੱਚ ਜਿਹੜੀ ਆ ਉਹ ਦਵਾਈ ਸਿਰਕਣ ਦਾ ਜਿਹੜਾ ਹੈ ਉਹ ਕੰਮ ਕੀਤਾ ਜਾਂਦਾ ਤੇ ਇਸ ਦੀ ਸਾਰੀ ਟ੍ਰੇਨਿੰਗ ਜਿਹੜੀ ਆ ਉਹ ਵੀ ਕੇਂਦਰ ਸਰਕਾਰ ਦੇ ਵੱਲੋਂ ਇਹਨਾਂ ਮਹਿਲਾਵਾਂ ਨੂੰ ਦਿੱਤੀ ਜਾਂਦੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਅਸੀਂ ਖੜੇ ਹਾਂ ਬਟਾਲਾ ਦੇ ਨਜ਼ਦੀਕੀ ਪਿੰਡ ਰੂਪੋਵਾਲੀ ਚ ਜਿੱਥੇ ਕੰਪਨੀ ਦੇ ਵੱਲੋਂ ਇੱਕ ਨੁਮਾਇੰਦੇ ਨੂੰ ਵੀ ਭੇਜਿਆ ਹੋਇਆ ਹੈ ਜਿਹੜਾ ਇਹਨਾਂ ਨੂੰ ਟ੍ਰੇਨਿੰਗ ਦੇ ਰਿਹਾ ਹੈ ਮਹਿਲਾਵਾਂ ਨੂੰ ਤੇ ਸੈਲਫ ਹੈਲਪ ਗਰੁੱਪ ਜੋ ਬਣਿਆ ਹੋਇਆ ਹੈ ਉਹਨਾਂ ਦੀਆਂ ਮਹਿਲਾਵਾਂ ਨੂੰ ਇਹ ਡਰੋਨ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹਨਾਂ ਡਰੋਨਾਂ ਦੇ ਜ਼ਰੀਏ ਦਵਾਈ ਦਾ ਜਿਹੜਾ ਸਰਕਾਰ ਖੇਤਾਂ ਦੇ ਵਿੱਚ ਫਸਲਾਂ ਦੇ ਉੱਤੇ ਕਰਨ ਦੀ ਜਿਹੜੀ ਉਹ ਪੂਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਜੇ ਗੱਲ ਕੀਤੀ ਜਾਵੇ ਤਾਂ ਕਿਤਨਾ ਕਿਤੇ ਔਰਤਾਂ ਨੂੰ ਹੁਨਰਮੰਦ ਬਣਾਉਣ ਦੇ ਲਈ ਔਰਤਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਦੇ ਲਈ ਔਰਤਾਂ ਨੂੰ ਆਪਣੇ ਪਰਿਵਾਰ ਦੇ ਲਈ ਇੱਕ ਕਮਾਈ ਪੈਦਾ ਕਰਨ ਦੇ ਲਈ ਇਹ ਸਾਰੀਆਂ ਜਿਹੜੀਆਂ ਸਕੀਮਾਂ ਨੇ ਕਹਿੰਦਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਨੇ ਤੇ ਔਰਤਾਂ ਨੂੰ ਸਿਖਾਈਆਂ ਜਾ ਰਹੀਆਂ ਨੇ ਗੱਲਬਾਤ ਕਰ ਲਾਂਗੇ ਸਾਡੇ ਨਾਲ ਇੱਥੇ ਸਭ ਤੋਂ ਪਹਿਲਾਂ ਤੇ ਪਹੁੰਚੇ ਹੋਏ ਨੇ ਜਿਹੜੇ ਇਹਨਾਂ ਨੂੰ ਟ੍ਰੇਨਿੰਗ ਦੇਣ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਜੀ ਆਪ ਦਾ ਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਖੁਸ਼ਵੀਰ ਹੈ ਤੇ ਮੈਂ ਫਰੀਦাবাদ ਸਾਂ ਆਇਆ ਹਾਂ ਟ੍ਰੇਨਿੰਗ ਦੇਣੇ ਲਈ ਨਮੋ ਡ੍ਰੋਨ ਦੇ ਦੇ ਪ੍ਰੋਜੈਕਟ ਚੱਲ ਰਿਹਾ ਹੈ ਇਹਨਕੋ ਮਹਿਲਾਵਾਂ ਕੋ ਟ੍ਰੇਨਿੰਗ ਦੇਣੇ ਲਈ ਤੇ ਮੈਂ ਇਹਨਕੋ ਟ੍ਰੇਨਿੰਗ ਦੇ ਰਹਾ ਹਾਂ ਔਰ ਇਹ ਕਾਫੀ ਅੱਛੇ ਸੇ ਸਿੱਖ इसलिए सीखना चाहती हैं ये बोलती हैं कि हमें खुद अपने पैर पे खड़ा होना है कि हम अपना खुद का बिजनेस करेंगे इसको चला के अपने एरिया में ही रहेंगे और अपने एरिया में स्प्रे करेंगे तो हम मिनिमम आराम से पाँच छः हज़ार रुपये पर डे के कमाएंगे तो हम इससे बहुत खुश हैं इस योजना से अगर बात की जाए तो केंद्र सरकार की तरफ से ये योजना तैयार की गई है तो किन महिलाओं को इस योजना का फायदा मिल सकता है या कौन सी महिलाएँ इस योजना का फ़ायदा ले सकती हैं इसका एक रजिस्ट्रेशन हुआ था काफ़ी टाइम पहले पाँच छः महीने हो गए समथिंग जब रजिस्ट्रेशन हुआ था उन महिलाओं ने जिन, जिन ने रजिस्ट्रेशन किया था उनका इंटरव्यू हुआ था जब उनका जिन जिन का नाम आया था उन सभी को ये कृषि विमान मिला है तो तो अगर ने? अगर बात करूँ तो ये ड्रोन वगैरह जो है वो कैसे इन तक पहुँचते हैं या फिर महिलाएं अगर सीखना चाहे तो कैसे सीख सकती हैं या फिर ड्रोन कैसे ले सकती हैं वो वो प्रोसेस रहता है कि डायरेक्ट कंपनी पे कांटेक्ट किया जाता है गवर्नमेंट द्वारा उस पर सब्सिडी मिलती है महिलाओं के लिए फिफ्टी परसेंट की सब्सिडी मिलती है जो नमो ड्रीन डॉन दीदी प्रोजेक्ट से अलग लेना चाहती हैं उनके लिए फिफ्टी परसेंट की सब्सिडी है जो कि फ़रीदाबाद में कंपनी है जो मैन्युफैक्चरिंग करती है इस पर फिफ़्टी की सब्सिडी मिलेगी साढ़े छः लाख रुपये का एक पेंट्री के साथ में तो उनको ईजिली आराम से मिल जाएगा उनकी ट्रेनिंग भी हिसार एफ एम जो संस्था है वहाँ पर इनकी ट्रेनिंग होगी आरपीटीओ द्वारा इनको लाइसेंस मिलेगा और एक हफ्ते की ट्रेनिंग में इनको फुल ट्रेंड किया जाएगा तो अगर बात की जाए तो कितनी जल्दी महिलाएं सीख पाती हैं इसको चलाने में अब अब उसके लिए आप इनसे 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 ही पूछवाता हूँ मैं इनका इनका आज छठा दिन है ट्रेनिंग का और आपने देखा भी इन्होंने चलाया भी छठे दिन पे मैं था भी नहीं मैं खाना खाने के लिए गया तो उन्होंने मेरे बिना मौजूदगी में भी ਆਪਕੇ ਸਾਹਮਣੇ ਕਿੰਨਾ ਅੱਛੇ ਸੇ ਹੈਂਡਲ ਕਰਕੇ ਚਲਾਇਆ ਤੋਂ ਆਪ ਆਪਣੇ ਵੀ ਦੇਖਿਆ ਹੋਗਾ ਜੀ ਇਨਕੋ ਖੁਦ ਕੌਨਫੀਡੈਂਸ ਆ ਚੁਕਾ ਹੈ ਕਿ ਹਾਂ ਹਮ ਕਰ ਸਕਤੇ ਹੈ ਜੀ ਬਿਲਕੁਲ ਇਹ ਕੇਂਦਰ ਸਰਕਾਰ ਦੇ ਵੱਲੋਂ ਇਹ ਯੋਜਨਾ ਤਿਆਰ ਕੀਤੀ ਗਈ ਜਿਸ ਦੇ ਵਿੱਚ ਸੈਲਫ ਹੈਲਪ ਗਰੁੱਪ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਗੱਲਬਾਤ ਕਰ ਲੈਣਿਆ ਹੋਰ ਵੀ ਇੱਥੇ ਖੜੇ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਕ ਗਰੁੱਪ ਜਿਹੜਾ ਸੈਲਫ ਹੈਲਪ ਗਰੁੱਪ ਤੋਂ ਹੀ ਸ਼ੁਰੂ ਕੀਤਾ ਹੈ ਉਹਦੇ ਤਹਿਤ ਹੁਣ ਡਰੋਨ ਚਲਾਉਣ ਦੀ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਔਰਤਾਂ ਘਰ ਬੈਠ ਕੇ ਵੀ ਆਪਣੇ ਕਮਾਈ ਦਾ ਗੁਜ਼ਾਰਾ ਕਰ ਸਕਣ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਸਬੀਰ ਕੌਰ ਹੈ ਪਿੰਡ ਰੁੱਪੋਵਾਲੀ ਬਲਾਕ ਫਤਿਹਗੜ ਚੂੜੀ ਤੋਂ ਮੈਂ ਬਿਲੋਂਗ ਕਰਦੀ ਆਂ ਅੱਜ ਤੋਂ 5 ਸਾਲ ਪਹਿਲਾਂ ਮੈਂ ਜੋ ਸੈਲਫ ਹੈਲਪ ਗਰੁੱਪਾਂ ਦੇ ਨਾਲ ਜੁੜੀ ਆਂ ਉਸ ਨੂੰ ਪੂਰੇ ਤਨਮਨ ਨਾਲ ਨਿਭਾਉਂਦੇ ਹੋਏ ਆਪਣਾ ਮੈਂ ਪਿੰਡ ਦੇ ਵਿੱਚ ਜੋ ਗਰੁੱਪ ਬਣਾਏ ਨੇ ਉਹਨਾਂ ਗਰੁੱਪਾਂ ਨੂੰ ਚਲਾਉਂਦੇ ਹੋਏ ਹੀ ਮੈਨੂੰ ਇੱਕ ਅਗੇ ਵਧਣ ਦਾ ਮੌਕਾ ਮਿਲਿਆ ਜੋ ਕਿ ਮੈਂ ਇੱਕ ਵਾਰ ਵੀ ਛੱਡਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਉਸ ਦੇ ਵਿੱਚ ਵਾਧੇ-ਵਾਧੇ ਮੈਂ ਖੇਤੀ ਸਖੀ ਤੋਂ ਮਾਸਟਰ ਬਣੀ ਮਾਸਟਰ ਤੋਂ ਬਾਅਦ ਮੈਂ ਪਸ਼ੂ ਸਖੀ ਦਾ ਵੀ ਕੰਮ ਕੀਤਾ ਔਰ ਧਰਤੀ ਦਾ ਡਾਕਟਰ ਦਾ ਵੀ ਮੈਂ ਨਾਮ ਪਾਇਆ ਉਸ ਤੋਂ ਬਾਅਦ ਡਰੋਨ ਪਾਇਲਟ ਦੀ ਹੁਣ ਜਿਹੜੀ ਟ੍ਰੇਨਿੰਗ ਹੈ ਇਸ ਨੂੰ ਵੀ ਮੈਂ ਆਪਣਾ ਜੋ ਸੋਚ ਕੇ ਗਈ ਸੀ ਵੀ ਇੱਕ ਪਾਇਲਟ ਦੀ ਟ੍ਰੇਨਿੰਗ ਲਾਂਗੀ ਉਸ ਤੋਂ ਵੱਧ ਮੈਨੂੰ ਹੁਣ ਅਹਿਸਾਸ ਹੋ ਰਿਹਾ ਕਿ ਜਦੋਂ ਮੈਂ ਇਹਨੂੰ ਚਲਾਉਣੀ ਆ ਆਪਣੇ ਪਿੰਡ ਵਿੱਚ ਇੱਕ ਤਾਂ ਮੈਂ ਰੋਲ ਮਾਡਲ ਦਾ ਕੰਮ ਕਰਦੀ ਆ ਇਸ ਤੋਂ ਇਲਾਵਾ ਮੈਂ ਆਪਣੀਆਂ ਭੈਣਾਂ ਨੂੰ ਵੀ ਕੋਸ਼ਿਸ਼ ਕਰਾਂਗੀ ਜਿੰਨਾ ਵੀ ਵੱਧ ਤੋਂ ਵੱਧ ਉਹਨਾਂ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਨਾੜ ਰੋਜ਼ਗਾਰ ਦਾ ਵੀ ਸਾਧਨ ਬਣਾਵਾਂਗੀ ਐਂਟਰਪ੍ਰੈਨਿਅਰ ਦਾ ਕੰਮ ਵੀ ਕਰਵਾਵਾਂਗੀ ਜੋ ਕੇਂਦਰ ਸਰਕਾਰ ਦੀ ਇੱਕ ਸਕੀਮ ਹੈ ਔਰਤਾਂ ਦੇ ਲਈ ਉਸ ਨੇ ਸਾਨੂੰ ਇੱਕ ਵੱਖਰੀ ਪਹਿਚਾਣ ਬਣਾ ਕੇ ਅੱਗੇ ਵਧਣ ਦਾ ਮੌਕਾ ਦਿੱਤਾ ਆ ਕਿਉਂਕਿ ਅਸੀਂ ਆਪਣੇ ਪਹਿਰਾਵੇ ਨੂੰ ਲੈ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਸ਼ਾਇਦ ਔਰਤ ਸਿਮਟੀ ਰਹਿੰਦੀ ਹੈ ਬਟ ਇਹ ਸਾਡੇ ਪਹਿਰਾਵੇ ਨੂੰ ਦੇਖਦੇ ਹੋਏ ਵੀ ਲੋਕ ਇਹ ਮੋਟੀਵੇਟ ਹੋਣਗੇ ਔਰਤਾਂ ਕਿ ਕੱਲਾ ਪਹਿਰਾਵੇ ਦੇ ਨਾਲ ਹੀ ਇਨਸਾਨ ਪੜ੍ਹਾਈ ਲਿਖਾਈ ਵਾਲਾ ਨਹੀਂ ਲੱਗਦਾ ਕੁਝ ਦੇ ਅੰਦਰ ਜज्ਵਾ ਹੋਏ ਤਾਂ ਉਹ ਕੁਝ ਵੀ ਕਰਕੇ ਵਿਖਾ ਸਕਦਾ ਆ ਔਰ ਡਰੋਨ ਪਾਇਲਟ ਦੀ ਟ੍ਰੇਨਿੰਗ ਜਿਹੜੀ ਹੈ ਇਸ ਨੇ ਮੈਨੂੰ ਬਹੁਤ ਹੀ ਜ਼ਿਆਦਾ ਮਾਣ ਦਿਵਾਇਆ ਮੈਂ ਹਿਸਾਰ ਵਿੱਚ ਜਿਹੜੀ ਟ੍ਰੇਨਿੰਗ ਲਗਾ ਕੇ ਆਈ ਹਾਂ ਉੱਥੇ ਵੀ ਆਪਾਂ ਨੂੰ ਪੂਰਾ ਵਧੀਆ ਤਰੀਕੇ ਦੇ ਨਾਲ ਬਾਓ ਗੋ ਗ੍ਰੀਨ ਟੀਮ ਨੇ ਵੀ ਸਾਨੂੰ ਵਧੀਆ ਸਿਖਲਾਈ ਦਿੱਤੀ ਹੈ ਐਨਐਲਐਫ ਨੇ ਵੀ ਸਾਡਾ ਧਿਆਨ ਰੱਖਿਆ ਔਰ ਕੇਂਦਰ ਸਰਕਾਰ ਨੇ ਸਾਨੂੰ ਔਰਤਾਂ ਨੂੰ ਅੱਗੇ ਲੈ ਕੇ ਆਂਦਾ ਇਹ ਸਭ ਤੋਂ ਹੀ ਮਾਣ ਵਾਲੀ ਗੱਲ ਹੈ ਔਰ ਇਸ ਦੇ ਨਾਲ ਮੈਂ ਅੱਗੇ ਵੱਧਦੀ ਜਾਵਾਂਗੀ ਔਰ ਜਦੋਂ ਖੇਤਾਂ ਦੇ ਵਿੱਚ ਮੈਂ ਇੱਕ ਵੱਖਰੀ ਹੀ ਆਪਣੀ ਪਛਾਣ ਜੋ ਮੈਂ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆਪਣਾ ਪਿੰਡ ਰੂਪਵਾਲੀ ਉਸ ਦੀ ਵੱਖਰੀ ਪਛਾਣ ਬਣਾ ਚੁੱਕੀ ਹਾਂ ਲੋਕ ਡੇਲੀ ਮੇਰੇ ਕੋਲ ਆਉਂਦੇ ਨੇ ਸਾਡੇ ਗਰੁੱਪ ਦੀ ਟ੍ਰੇਨਿੰਗ ਜਿਹੜੀ ਇਹ ਚੱਲ ਰਹੀ ਹੈ ਇਸ ਨੂੰ ਵੇ ਕਿਸਾਨ ਜਿਹੜੇ ਨੇ ਉਹ ਪੁੱਛਣ ਵੀ ਆਉਂਦੇ ਨੇ ਕਿ ਇਸ ਦਾ ਕੀ ਬੈਨੀਫਿਟ ਹੈ ਇਹਦੇ ਬੈਨੀਫਿਟ ਬਾਰੇ ਮੈਂ ਦੱਸਦੀ ਆ ਕਿ ਅਸੀਂ ਘੱਟ ਪਾਣੀ ਨੂੰ ਯੂਜ਼ ਕਰਕੇ ਟਾਈਮ ਸੇ ਅਸੀਂ ਜਿਹੜਾ 5-7 ਮਿੰਟ ਦੇ ਵਿੱਚ ਹੀ ਇੱਕ ਆਪਣੀ ਪੈਲੀ ਦੇ ਵਿੱਚ ਸਪਰੇਅ ਕਰ ਸਕਦੇ ਆ ਔਰ ਇਸ ਦੇ ਨਾਲ ਆਪਾਂ ਆਪਣੀ ਫਸਲ ਦੇ ਉੱਤੇ ਜਿਹੜਾ ਡਾਇਰੈਕਟ ਆ 50 ਜਿਹੜਾ ਡ੍ਰੋਪਰਸ ਦੇ ਦੀ ਸਾਈਜ਼ ਹੈ 50 ਦਾ ਉਹ ਡ੍ਰੋਪਰਸ ਦੇ ਨਾਲ ਫਸਲ ਨੂੰ ਡਾਇਰੈਕਟ ਜਿਹੜੀ ਆ ਉਹ ਤੁਹਾਡੀ ਜੋ ਵੀ ਤੁਸੀਂ ਦਵਾਈ ਆਪਣੀ ਲਗਾਓਗੇ ਉਹ ਮਿਲੇਗੀ ਤਾਂ ਕਿ ਉਹਦਾ ਰਿਜ਼ਲਟ ਵੀ ਵਧੀਆ ਰਹੇ ਔਰ ਪਾਣੀ ਦੀ ਵੇਸਟੇਜ ਵੀ ਨਾ ਹੋਏ ਟਾਈਮ ਦੀ ਵੀ ਵੇਸਟੇਜ ਨਹੀਂ ਇੱਕ ਨਵੀਂ ਟੈਕਨੋਲੋਜੀ ਜਿਹੜੀ ਆ ਉਹ ਸਭ ਤੋਂ ਵੱਧ ਕੇ ਸਾਡੇ ਇੱਧਰ ਸ਼ਾਇਦ ਜੋ ਗੁਰਦਾਸਪੁਰ ਏਰੀਆ ਹੈ ਇਸ ਪਾਸੇ ਲਾਸਟ ਵਿੱਚ ਹੀ ਚੀਜ਼ ਆਉਂਦੀ ਹੈ ਪਰ ਇਸ ਟਾਈਮ ਸਾਡੇ ਪਾਸੇ ਸਭ ਤੋਂ ਪਹਿਲਾਂ ਪਹੁੰਚ ਚੁੱਕੀ ਹੈ ਮੈਨੂੰ ਇਹ ਵੀ ਖੁਸ਼ੀ ਬਹੁਤ ਹੈ ਕਿ ਮੈਂ ਆਪਣੇ ਲਾਗੇ ਲਾਗੇ ਸਾਰੇ ਪਹਿਚਾਣ ਬਣਾ ਲਈ ਹੈ ਤੇ ਆਪਣੇ ਪਰਿਵਾਰ ਲਈ ਵੀ ਮੇਰਾ ਜਿਹੜਾ ਇਨਕਮ ਦਾ ਸਾਧਨ ਵਧ ਗਿਆ ਮੈਂ ਆਪਣੇ ਬੱਚਿਆਂ ਦੀਆਂ ਜਿਹੜੀਆਂ ਖਾਇਸ਼ਾਂ ਨੇ ਉਹ ਵੀ ਪੂਰੀਆਂ ਕਰਾਂਗੀ ਔਰ ਐਂਟਰਪ੍ਰੀਨਿਅਰ ਦਾ ਕੰਮ ਕਰਕੇ ਵੀ ਮੈਨੂੰ ਖੁਸ਼ੀ ਮਿਲੇਗੀ ਕਿ ਮੈਂ ਆਪਣੀਆਂ ਦੀਦੀਆਂ ਨੂੰ ਨਾਲ ਰੱਖ ਕੇ ਉਹਨਾਂ ਲਈ ਵੀ ਕੋਈ ਨਾ ਕੋਈ ਜਿਹੜਾ ਹੈ ਰੋਜ਼ਗਾਰ ਦਾ ਸਾਧਨ ਪੈਦਾ ਕਰ ਸਕਦੀ ਆ ਔਰ ਕਿਵੇਂ ਕਿਵੇਂ ਮੈਂ ਜੇ ਗੱਲ ਕਰਾਂ ਤੇ ਕਿਵੇਂ ਇਹ ਜਿਹੜੇ ਡਰੋਨ ਨੇ ਔਰਤਾਂ ਤੱਕ ਪਹੁੰਚ ਸਕਦੇ ਨੇ ਅਗਰ ਕੋਈ ਔਰਤ ਸਿੱਖਣਾ ਚਾਹਵੇ ਜਾਂ ਫਿਰ ਇਸ ਦੇ ਜਰੀਏ ਇਨਕਮ ਆਪਣੀ ਜਰੀਏ ਉਹ ਪੈਦਾ ਕਰਨੀ ਚਾਹਵੇ ਤਾਂ ਕਿਸ ਤਰੀਕੇ ਨਾਲ ਉਹ ਤੁਹਾਡੇ ਨਾਲ ਜੁੜ ਸਕਦੀ ਜਾਂ ਕਿਸ ਤਰੀਕੇ ਨਾਲ ਉਹ ਇਸ ਡਰੋਨ ਦੀ ਸਿੱਖਿਆ ਦੇ ਵਿੱਚ ਸ਼ਾਮਲ ਹੋ ਸ ਜੋ ਤਾਂ ਅਸੀਂ ਆਪਣੇ ਜਿਹੜੇ ਸਾਡਾ ਆਜੀਵਿਕਾ ਮਿਸ਼ਨ ਹੈ ਉਸ ਦੀ ਜੋ ਵੀ ਅੱਗੋਂ ਪਾਲਸੀ ਹੋਏਗੀ ਜਿਵੇਂ ਸਾਨੂੰ ਸਾਡਾ ਡਿਪਾਰਟਮੈਂਟ ਆਰਡਰ ਦੇਵੇਗਾ ਕਿ ਕਿਉਂਕਿ ਇਸ ਨੂੰ ਆਪਾਂ ਬਿਨਾਂ ਲਾਇਸੈਂਸ ਤੋਂ ਚਲਾ ਵੀ ਨਹੀਂ ਸਕਦੇ ਇੱਕ ਔਰਤ ਕੋਲ ਲਾਇਸੈਂਸ ਹੋਣਾ ਜਿਹੜਾ ਹੈ ਉਹ ਵੀ ਬੜੀ ਵੱਡੀ ਗੱਲ ਹੋ ਗਈ ਹੈ ਕਿ ਮੇਰੇ ਕੋਲ ਇਸ ਟਾਈਮ ਡਰੋਨ ਦਾ ਲਾਇਸੈਂਸ ਬਣਿਆ ਹੋਇਆ ਔਰ ਜਿਹੜੇ ਵੀ ਦੀਦੀ ਨੂੰ ਮੈਂ ਉਹਨਾਂ ਨੂੰ ਮੋਟੀਵੇਟ ਕਰਾਂਗੀ ਕਿ ਅਗਰ ਕੋਈ ਉਹਦੇ ਮਨ ਚ ਚਾਹਨਾ ਆ ਸਿੱਖਣਾ ਚਾਹੁੰਦਾ ਆ ਤਾਂ ਉਸ ਦਾ ਬਕਾਇਦਾ ਉਹਨੂੰ ਆਪਾਂ ਜੇ ਟ੍ਰੇਨਿੰਗ ਲੈਣਾ ਚਾਹੀਏ ਉਹ ਟ੍ਰੇਨਿੰਗ ਲੈ ਕੇ ਇਸ ਦਾ ਲਾਇਸੈਂਸ ਬਣਾ ਕੇ ਇਸ ਨੂੰ ਚਲਾਉਣ ਦੇ ਕਾਬਿਲ ਬਣਾਵਾਂਗੀ ਮ ਕਿਸਾਨ ਆ ਕੇ ਤੁਹਾਨੂੰ ਕਹਿੰਦਾ ਕਿ ਮੇਰੀ 10 ਏਕੜੇ ਜ਼ਮੀਨ ਆ ਤੇ ਉਹਦੇ ਉੱਤੇ ਮੈਂ ਆਪਣੀ ਫਸਲ ਤੇ ਸਪਰੇਅ ਕਰਨੀ ਆ ਤੇ ਫਿਰ ਕਿਸ ਤਰੀਕੇ ਨਾਲ ਤੁਸੀਂ ਸਾਰਾ ਮੈਨੇਜ ਕਰਦੇ ਹੋ ਕਿਵੇਂ ਉਹਦੇ ਕੋਲੋਂ ਮਿਹਨਤ ਲੈਂਦੇ ਹੋ ਕਿੰਨੀ ਕੁ ਮਿਹਨਤ ਰੱਖਦੇ ਹੋ ਆਪਣੀ ਜਾਂ ਫਿਰ ਦਵਾਈ ਦਾ ਕੀ ਪ੍ਰੋਸੈਸ ਰਹਿੰਦਾ ਹੈ ਮਿੰਦ ਜਿਹੜੀ ਹੈ ਜੀ ਦੇਖੋ 50 500 ਰੁਪਏ ਜਿਹੜਾ ਆ ਉਹ 1 ਏਕੜ ਦੇ ਹਿਸਾਬ ਨਾਲ ਜੇ ਸਾਨੂੰ ਦੱਸਿਆ ਗਿਆ ਆ ਬਾਕੀ ਜੋ ਆਪਾਂ ਵਿਚਰਾਂਗੇ ਕਿਸਾਨ ਭਰਾਵਾਂ ਦੇ ਵਿੱਚ ਉਹਨਾਂ ਨੂੰ ਸਹੀ ਲੱਗੇਗਾ ਇਹ ਕੰਮ ਕਿ ਕਿਤਾ ਅਸੀਂ ਸਾਡਾ ਪਾਣੀ ਦੀ ਬਚਤ ਦੇਖੋ ਆਪਾਂ 10 10 20 ਵੀ ਟੈਂਕ ਵੀ ਕਈ ਵਾਰੀ ਸਾਨੂੰ ਅਗਲਾ ਕਹਿ ਦਿੰਦਾ ਦਵਾਈ ਪਈ ਜਾਂ ਨਹੀਂ ਪਈ ਉਹ ਵੀ ਸ਼ੋਰ ਨਹੀਂ ਹੈ ਠੀਕ ਹੈ ਤੇ ਆਪਾਂ ਇਸ ਦੇ ਨਾਲ ਜਿਹੜੀ ਉਹਨਾਂ ਨੂੰ ਪੂਰੀ ਤਸੱਲੀ ਦਿਵਾਵਾਂਗੇ ਕਿ ਤੁਹਾਡੀ ਪਾਣੀ ਦੀ ਬਚਤ ਹੈ ਟਾਈਮ ਦੀ ਬਚਤ ਹੈ ਦਵਾਈ ਜਿਹੜੀ ਹੈ ਪ੍ਰੋਪਰ ਜਿਹੜੀ ਉਹ ਫਸਲ ਦੇ ਉੱਪਰ ਜਾ ਰਹੀ ਹੈ ਉਹ ਸਾਰੇ ਪਹਿਲੀ ਗੱਲ ਤੇ ਦੱਸਣ ਦੀ ਲੋੜ ਹੀ ਨਹੀਂ ਹੈ ਜਿੰਨੇ ਵੀ ਅੱਜ 6 ਦਿਨ ਹੋ ਗਏ ਨੇ ਅਸੀਂ ਟ੍ਰੇਨਿੰਗ ਕਰਦੇ ਹਾਂ ਅਲੱਗ-ਅਲੱਗ ਜਗ੍ਹਾ ਜਾ ਕੇ ਕਿਸਾਨ ਖੜੇ ਹੋ ਕੇ ਖੁਦ ਪੁੱਛਦੇ ਨੇ ਔਰ ਜਦੋਂ ਖੁਦ ਸਾਨੂੰ ਕਹਿੰਦੇ ਨੇ ਕਿ ਬਹੁਤ ਹੀ ਵਧੀਆ ਚੀਜ਼ ਹੈ ਜਿਸ ਦੇ ਨਾਲ ਸਾਡੇ ਫਸਲ ਦਾ ਵੀ ਕੋਈ ਨੁਕਸਾਨ ਨਹੀਂ ਹੋਏਗਾ ਤਾਂ ਉਹ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਉਹ ਪਹਿਲੇ ਹੀ ਤਿਆਰ ਨੇ ਕਿ ਅਸੀਂ ਡਰੋਨ ਨਾਲ ਸਪਰੇਅ ਕਰਵਾਉਣੀ ਹੈ ਵੀ ਬਿਲਕੁਲ ਡਰੋਨ ਦੇ ਨਾਲ ਸਪਰੇਅ ਕਰਨ ਦੇ ਲਈ ਹੁਣ ਮਹਿਲਾਵਾਂ ਵੀ ਤਿਆਰ ਖੜੀਆਂ ਨੇ ਤੇ ਸਿੱਖਿਆ ਵੀ ਲੈ ਰਹੀਆਂ ਨੇ ਤੁਸੀਂ ਚਲਾ ਰਹੇ ਸੀ ਡਰੋਨ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਚਲਾਉਣਾ ਤੇ ਕਿੰਨਾ ਕੋ ਮੁਸ਼ਕਲ ਲੱਗਦਾ ਕਿਉਂਕਿ ਜ਼ਿਆਦਾ ਦੇਖਿਆ ਜਾਵੇ ਤਾਂ ਮਰਦ ਜਿਹੜੇ ਨੇ ਉਹ ਹੀ ਚਲਾਉਂਦੇ ਨਜ਼ਰ ਆਉਂਦੇ ਨੇ ਪਰ ਅੱਜ ਤੁਹਾਡੇ ਹੱਥ ਇਹਨਾਂ ਦਾ ਰਿਮੋਟ ਹੈ ਡਰੋਨ ਦਾ ਕਿੰਦਾ ਸਰਕਾਰ ਵੱਲੋਂ ਸਕੀਮ ਲਾਗੂ ਕੀਤੀ ਗਈ ਹੈ ਵੇਖੋ ਜੀ ਹੁਣ ਕੋਈ ਵੀ ਕੰਮ ਹੈ ਜਿਹਨੂੰ ਪਹਿਲੀ ਵਾਰ ਕਰਨਾ ਵਾ ਇਹਨਾਂ ਸੌਖਾ ਨਹੀਂ ਹੁੰਦਾ ਤੇ ਖਾਸ ਕਰਕੇ ਉਹ ਵੀ ਔਰਤਾਂ ਵਾਸਤੇ ਕਿਉਂਕਿ ਔਰਤਾਂ ਤੇ ਘਰੇ ਹੀ ਬਸ ਿਮਟੀਆਂ ਰਹਿੰਦੀਆਂ ਨੇ ਤੇ ਨਾ ਹੀ ਕੋਈ ਉਹਨਾਂ ਨੂੰ ਜ਼ਿਆ ਸਾਡੇ ਵਾਸਤੇ ਬੜੀ ਮਾਨ ਦੀ ਗੱਲ ਹੈ ਕਿ ਸਾਨੂੰ ਡਰੋਨ ਪਾਇਲਟ ਬਣਨ ਦਾ ਮੌਕਾ ਮਿਲਿਆ ਇਹਨੂੰ ਚਲਾਉਣਾ ਮਤਲਬ ਸਾਡੇ ਆਹ ਤੇ ਇੱਕ ਚੁਣੌਤੀ ਭਰਿਆ ਕੰਮ ਹੈਗਾ ਸੀ ਕਿ ਪਹਿਲਾਂ ਤੇ ਅਸੀਂ ਇਹਨੂੰ ਵੇਖ ਕੇ ਗਿਆ ਸੀ ਕਿ ਸ਼ਾਇਦ ਸਾਡੇ ਵਾਸਤੇ ਦਾ ਰੋਗ ਨਹੀਂ ਆ ਪਰ ਹੁਣ ਜਦੋਂ ਅਸੀਂ ਇਹਦੇ ਵਿੱਚ ਟ੍ਰੇਨ ਹੋ ਗਏ ਆ ਪੂਰਾ ਆਹੀ ਹੈ ਮੈਚਿਓਰਿਟੀ ਨਾਲ ਇਹਨੂੰ ਚਲਾਇਆ ਤੁਸੀਂ ਵੀ ਦੇਖਿਆ ਸਾਡੇ ਟ੍ਰੇਨਰ ਇੱਥੇ ਹੈ ਨਹੀਂ ਸੀ ਅਸੀਂ ਖੁਦ ਆਪਣੇ ਆਪ ਇਹਨੂੰ ਸਾਰਾ ਕਰਕੇ ਇਹਨੂੰ ਫਲਾਈ ਕਰਵਾਇਆ ਤੇ ਪਹਿਲਾਂ ਸਾਨੂੰ ਦਿੱਕਤ ਆਈ ਸੀ ਹੁਣ ਤਾਂ ਇਹਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਬੜੇ ਆਰਾਮ ਨਾਲ ਇਹਨੂੰ ਚਲਾ ਲੈਨੇ ਜਿਵੇਂ ਅਸੀਂ ਕਰਦਾ ਹੀ ਕੰਮ ਕਰ ਰਹੇ ਹੁੰਨੇ ਆ ਇਹ ਇੱਕ ਕੰਮ ਨਵਾਂ ਤੁਹਾਨੂੰ ਸਿੱਖਣ ਨੂੰ ਮਿਲ ਰਿਹਾ ਹੈ ਸੈਲਫ ਹੈਲਪ ਗਰੁੱਪ ਦੇ ਵਿੱਚ ਸੈਲਫ ਹੈਲਪ ਗਰੁੱਪ 'ਚ ਇਸ ਤੋਂ ਇਲਾਵਾ ਹੋਰ ਕੀ ਕੁਝ ਤੁਹਾਡੇ ਵੱਲੋਂ ਕੰਮ ਕੀਤੇ ਜਾਂਦੇ ਕਿਸ ਤਰੀਕੇ ਨਾਲ ਕੰਮ ਕਰਕੇ ਤੇ ਆਪਣੀ ਮਿਹਨਤ ਦੀ ਕਮਾਈ ਜਿਹੜੀ ਉਹ ਕਮਾਈ ਜਾ ਰਹੀ ਹੈ ਸੈਲਫ ਹੈਲਪ ਗਰੁੱਪਾਂ ਦੇ ਵਿੱਚ ਬਹੁਤ ਸਾਰੇ ਕੰਮ ਨੇ ਜਿਵੇਂ ਕਿ ਇਹਦੇ ਵਿੱਚ ਹ ਕੀ ਸਖੀਆਂ ਦਾ ਕੰਮ ਕਰਦੇ ਆ ਤੇ ਘਰ ਬੈਠੀਆਂ ਔਰਤਾਂ ਜਿਹੜੀਆਂ ਮਤਲਬ ਘਰਾਂ ਤੋਂ ਬਾਹਰ ਨਹੀਂ ਜਾ ਸਕਦੀਆਂ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਬੜੇ ਮਤਲਬ ਕੰਮ ਲਿਆ ਕੇ ਦਿੱਤੇ ਜਾਂਦੇ ਆ ਜਿਵੇਂ ਸਲਾਈ ਦੇ ਵੀ ਚੱਲਦੇ ਇਹਦੇ ਵਿੱਚ ਪ੍ਰੋਡਕਟ ਇਹਨਾਂ ਨੂੰ ਸਕੂਲ ਦੀਆਂ ਸਰਕਾਰੀ ਸਕੂਲਾਂ ਦੀਆਂ ਯੂਨੀਫਾਰਮ ਲਿਆ ਕੇ ਦਿੱਤੀਆਂ ਜਾਂਦੀਆਂ ਜਿਹੜੀਆਂ ਘਰੇ ਬੈ ਕੇ ਬੀਬੀਆਂ ਕੰਮ ਕਰਦੀਆਂ ਉਹ ਵੀ ਉਹਨਾਂ ਨੂੰ ਸਲਾਈ ਕਰਨ ਤੇ ਆਪਣੇ ਰੋਜ਼ਗਾਰ ਦਾ ਸਾਧਨ ਬਣਾਉਣ ਇਹਦੇ ਵਿੱਚ ਪਾਪੜ ਵੜੀਆਂ ਦੀ ਵੀ ਟ੍ਰੇਨਿੰਗ ਮਿਲਦੀ ਆ ਆਚਾਰ ਮੁਰਬੇ ਕੁਝ ਵੀ ਮਤਲਬ ਜਿਹੜਾ ਕੁਝ ਵੀ ਕਰਨ ਦਾ ਚਾਹਵਾਨ ਹੋਵੇ ਉਹਨੂੰ ਉਹਦੀ ਟ੍ਰੇਨਿੰਗ ਦਿਵਾ ਕੇ ਤੇ ਉਹਦੇ ਵਿੱਚ ਉਹਨਾਂ ਨੂੰ ਅੱਗੇ ਕੰਮ ਵੀ ਪ੍ਰੋਵਾਈਡ ਕਰਵਾਇਆ ਜਾਂ ਬਿਲਕੁਲ ਤੁਸੀਂ ਕੀ ਕਹਣਾ ਚਾਹੁੰਦੇ ਹੋ ਤੁਸੀਂ ਵੀ ਸਿੱਖ ਰਹੇ ਹੋ ਪਹਿਲਾਂ ਘਰ ਵੀ ਸੰਭਾਲਣਾ ਫਿਰ ਬੱਚਿਆਂ ਨੂੰ ਵੀ ਸੰਭਾਲਣਾ ਤੇ ਫਿਰ ਇਹ ਕੰਮ ਵੀ ਕਰਨਾ ਬੜਾ ਔਖਾ ਹੋ ਜਾਂਦਾ ਮੈਨੇਜ ਕਿਦਾਂ ਕਰਦੇ ਤੇ ਸਖਲਾਈ ਕਿਸ ਤਰੀਕੇ ਦੀ ਹੋ ਰਹੀ ਬਹੁਤ ਵਧੀਆ ਹੋ ਰਹੀ ਐ ਸਖਲਾਈ ਅਸੀਂ ਜੋ ਦੇ ਵੀ ਸਿੱਖਣੇ ਅੱਜ 6-7 ਦਿਨ ਹੋ ਗਿਆ ਸਾਨੂੰ ਇੱਥੇ ਵੀ ਸਿੱਖਣ ਡਿਆ ਨੂੰ ਲੱਗਿਆ ਸੀ ਥੋੜਾ ਔਖਾ ਪਰ ਇੰਨਾ ਵੀ ਔਖਾ ਨਹੀਂ ਲੱਗਿਆ ਵੀ ਜਿਹੜਾ ਅਸੀਂ ਕੋਈ ਵੀ ਵੀ ਲੇਡੀ ਜੀ ਇਹ ਜਿਹੜਾ ਕੰਮ ਕਰ ਨਾ ਸਕੇ ਹੁਣ ਨਰਮੰਦ ਸਾਹਿਬੀ ਜਨਾਨੀਆਂ ਹੈਗੀਆਂ ਨੇ ਕਿਉਂਕਿ ਜਨਾਨੀਆਂ ਚ ਨਾ ਜਨੂਨ ਹੈਗਾ ਕਿ ਕਿਸੇ ਵੀ ਕੰਮ ਨੂੰ ਹੱਥ ਪਾਉਣ ਗਿਆ ਤਾਂ ਕਦੇ ਅਧੂਰਾ ਨਹੀਂ ਛੱਡਦੀਆਂ ਹੋ ਇਸ ਕਰਕੇ ਆ ਇਹਨਾਂ ਨੂੰ ਡਰੋਨ ਚਲਾਉਣਾ ਇੱਕ ਪਾਇਲਟ ਬਣ ਕੇ ਪਾਇਲਟ ਹੋਣ ਦਾ ਬੜਾ ਮਾਣ ਸੀ ਪਰ ਫਿਰ ਵੀ ਅਸੀਂ ਬਹੁਤ ਵਧੀਆ ਤਰੀਕੇ ਨਾਲ ਚਲਾ ਲਿਆ ਵਾ ਮੈਨੂੰ ਬਹੁਤ ਖੁਸ਼ੀ ਆ ਕਿ ਸਾਨੂੰ ਜਿਹੜਾ ਡਰੋ ਵਧੀਆ ਤਰੀਕੇ ਨਾਲ ਡਰੋਨ ਚਲਾਉਣਾ ਆ ਗਿਆ ਆਖਰੀ ਇੱਕ ਸਵਾਲ ਤੁਹਾਨੂੰ ਮਕਰਾਂਗਾ ਕਿ ਕਿਸ ਤਰੀਕੇ ਨਾਲ ਅਗਰ ਸੈਲਫ ਹੈਲਪ ਗਰੁੱਪ ਕੋਈ ਵੀ ਹੋਰ ਵੀ ਮਤਲਬ ਜਿੱਦਾਂ ਪੰਜਾਬ ਚ ਹੈਗੇ ਨੇ ਬਣੀ ਜਗ੍ਹਾ ਜਗ੍ਹਾ ਤੇ ਹਰ ਜ਼ਿਲ੍ਹਾ ਦੇ ਵਿੱਚ ਅਗਰ ਇਹ ਡਰੋਨ ਲੈਣਾ ਚਾਵੇ ਤਾਂ ਕਿਸ ਤਰੀਕੇ ਨਾਲ ਲੈ ਸਕਦਾ ਵਾ ਸਰਕਾਰ ਕਿਸ ਤਰੀਕੇ ਨਾਲ ਤੁਹਾਡੇ ਕੋ ਪੈਸੇ ਲੈਂਦੀ ਹੈ ਜਾਂ ਕਿਵੇਂ ਸਬਸਿਡੀ ਦਿੰਦੀ ਹੈ ਏ ਜੀ ਤਿੰਨ ਚਾਰ ਤਰੀਕਿਆਂ ਦੇ ਨਾਲ ਜੇ ਕਿਸਾਨ ਭਰਾ ਵੀ ਰਲ ਕੇ ਇੱਕ ਸੰਗਠਨ ਬਣਾਉਂਦੇ ਨੇ ਉਹਨਾਂ ਨੂੰ ਵੀ 80% ਦੇ 75% ਤੱਕ ਸਬਸਿਡੀ ਮਿਲਦੀ ਹੈ ਸੈਲਫ ਹੈਲਪ ਗਰੁੱਪ ਨਾਲ ਜੁੜੀ ਹੋਈ ਹਰ ਔਰਤ ਨੂੰ ਆਪਣੇ ਆਪ ਨੂੰ ਉੱਪਰ ਚੁੱਕਣਾ ਚਾਹੁੰਦੀ ਹੈ ਆਪਣੇ ਪਰਿਵਾਰ ਦੀ ਕੋਈ ਮਦਦ ਕਰਨਾ ਚਾਹੁੰਦੀ ਹੈ ਉਹ ਵੀ ਟ੍ਰੇਨਿੰਗ ਲੈ ਕੇ ਸਬਸਿਡੀ ਤੇ ਇਸ ਨੂੰ ਖਰੀਦ ਸਕਦੀ ਹੈ ਇਸ ਤੋਂ ਇਲਾਵਾ ਆਪਾਂ ਪਿੰਡਾਂ ਦੇ ਵਿੱਚ ਹੋਰ ਵੀ ਕਿਸਾਨਾਂ ਨੂੰ ਜੇ ਕਿਸਾਨ ਖੁਦ ਵੀ ਆਪਣਾ ਪਰਸਨਲ ਲੈਣਾ ਚਾਹੇ ਉਸ ਨੂੰ ਵੀ ਸਬਸਿਡੀ ਤੇ ਪ੍ਰੋਵਾਈਡ ਕਰਾਇਆ ਜਾਂਦਾ ਹੈ ਤੁਹਾਡੇ ਸੈਲਫ ਹੈਲਪ ਗਰੁੱਪ 'ਚ ਕਿੰਨੀਆਂ ਮਹਿਲਾਵਾਂ ਜੁੜੀਆਂ ਹੋਈਆਂ ਦੋਸਤੋ ਮੇਰੇ ਸੈਲਫ ਹੈਲਪ ਗਰੁੱਪ ਵਿੱਚ ਮੈਂ ਆਪਣੇ ਪਿੰਡ ਵਿੱਚ ਵੀਓ ਬਣਾਉਣ ਦੇ ਲਈ ਸਖਤ ਮਿਹਨਤ ਕਰਕੇ ਆਪਣੇ ਪਿੰਡ ਵਿੱਚ 10 ਗਰੁੱਪ ਬਣਵਾਏ ਪੰਜ ਕੰਪਲਸਰੀ ਹੁੰਦੇ ਨੇ ਉਹ ਬਣਵਾਏ ਤਾਂ ਕਿ ਸਾਨੂੰ ਇੱਕ ਵੱਖਰਾ ਰੂਮ ਮਿਲੇ ਆਪਣੇ ਪਿੰਡ ਵਿੱਚ ਜੋ ਅਸੀਂ ਲਿਆ ਉਸ ਦੇ ਵਿੱਚ ਬਹਿ ਕੇ ਅਸੀਂ ਆਪਣੀ ਮੀਟਿੰਗ ਕਰਦੇ ਆ ਆਪਣੇ ਸਾਰੇ ਮਸਲੇ ਹੱਲ ਕਰਦੇ ਆ ਔਰ ਹੁਣ ਮੈਂ ਵਰਮੀ ਕੰਪੋਸਟ ਦਾ ਕੰਮ ਜਿਹੜਾ ਪ੍ਰੋਡਿਊਸਰ ਗਰੁੱਪ ਸਾਡੇ ਬਣਿਆ ਆ ਉਹ ਆਪਣੇ ਪਿੰਡ ਵਿੱਚ ਲੈ ਕੇ ਆ ਰਹੀ ਆ ਜਲਦ ਹੀ ਸ਼ਾਇਦ 5-7 ਦਿਨਾਂ ਦੇ ਵਿੱਚ ਹੀ ਸਾਨੂੰ ਵਰਮੀ ਬੈਗ ਮਿਲ ਜਾਣਗੇ ਔਰ ਉਸ ਦੇ ਨਾਲ ਮੈਂ ਔਰਤਾਂ ਨੂੰ ਇਹ ਦੱਸਿਆ ਹੈ ਕਿ ਤੁਸੀਂ ਆਪਣਾ ਜਿਹੜਾ ਕੰਮ ਹੈ ਇਹ ਕਰ ਸਕਦੇ ਆ ਘਰ ਬੈਠੇ ਔਰ ਵਰਮੀ ਕੰਪੋਸਟ ਦੇ ਬੈਗ ਸਾਨੂੰ ਜਿਹੜੇ ਔਰਤਾਂ ਨੂੰ ਦਿੱਤੇ ਜਾਣਗੇ ਔਰ ਉਹਦੇ ਨਾਲ ਉਹ ਆਪਣੀ ਆਮਦਨ ਦਾ ਸਾਧਨ ਜਿਹੜਾ ਖਾਦ ਬਣਾ ਕੇ ਕਰ ਸਕਦੇ ਨੇ ਤੇ ਨਾਲ ਹੀ ਅਸੀਂ ਆਪਣੀ ਜ਼ਹਿਰ ਜਿਹੜੀ ਹੈ ਉਹ ਖੇਤਾਂ ਵਿੱਚ ਪੈ ਰਹੀ ਹੈ ਯੂਰੀਆ ਦੇ ਰੂਪ ਵਿੱਚ ਉਸ ਨੂੰ ਵੀ ਆਪਣੀ ਧਰਤੀ ਨੂੰ ਜ਼ਹਿਰ ਮੁਕਤ ਵੀ ਨਾਲ ਬਣਾਵਾਂਗੇ ਵਰਮੀ ਕੰਪੋਸਟ ਦਾ ਕੰਮ ਕਰਕੇ ਬਿਲਕੁਲ ਜੇ ਮੈਂ ਤੁਹਾਡੇ ਕੋਲ ਸਵਾਲ ਕਰਾਂ ਤਾਂ ਕਿਵੇਂ ਮਤਲਬ ਜਿੱਦਾਂ ਸੈਲਫ ਹੈਲਪ ਗਰੁੱਪ ਆ ਤੁਹਾਡਾ ਕਾਫੀ ਮਹਿਲਾਵਾਂ ਉੱਚ ਜੁੜੀਆਂ ਹੋਈਆਂ ਨੇ ਤਾਂ ਅਗਰ ਕੋਈ ਮਹਿਲਾ ਜਿੱਦਾਂ ਸਿੱਖ ਲੈਂਦੀ ਹੈ ਡਰੋਨ ਨੂੰ ਚਲਾਉਣਾ ਤੇ ਉਹਦੇ ਕੋਈ ਕੰਮ ਆ ਜਾਂਦਾ ਜਾਂ ਉਹਦੇ ਪਿੰਡ ਦੇ ਵਿੱਚ ਕੋਈ ਕੰਮ ਆ ਜਾਂਦਾ ਕਿ ਉਹਨੂੰ 10 ਕਿੱਲੇ ਜਾਂ 20 ਕਿੱਲੇ ਦੇ ਵਿੱਚ ਸਪਰੇਅ ਕਰਨ ਨੂੰ ਮਿਲਦਾ ਤੇ ਉਹ ਫਿਰ ਕਿਵੇਂ ਤੁਹਾਡੇ ਕੋਈ ਡਰੋਨ ਲੈ ਜਾ ਸਕਦੀ ਨਹੀਂ ਸਰ ਮੇਰੇ ਕੋਲੋਂ ਕੋਈ ਵੀ ਡਰੋਨ ਨਹੀਂ ਲੈ ਜਾ ਸਕਦਾ ਕਿਉਂਕਿ ਡਰੋਨ ਵੀ ਮੇਰਾ ਹੀ ਹੈ ਤੇ ਮੇਰਾ ਹੀ ਲਾਇਸੈਂਸ ਬਣਿਆ ਮੇਰੇ ਨਾਮ ਤੇ ਹੋਰ ਕੋਈ ਇਸ ਨੂੰ ਨਹੀਂ ਚਲਾ ਸਕਦਾ ਇੱਥੋਂ ਤੱਕ ਕਿ ਮੇਰਾ ਬੇਟਾ ਜਾਂ ਮੇਰੇ ਹਸਬੰਦ ਜਾਂ ਮੇਰੀ ਬੇਟੀ ਕੋਈ ਵੀ ਇਹਨੂੰ ਨਹੀਂ ਚਲਾ ਸਕਦੇ ਕਿਉਂਕਿ ਇਹ ਅਲਾਉਡ ਨਹੀਂ ਹੈ ਕਿ ਜਿਵੇਂ ਕੋਈ ਹਥਿਆਰ ਹੁੰਦਾ ਤੇ ਉਹ ਜਿਹਦੇ ਨਾਂ ਤੇ ਹੋਏ ਉਹੀ ਚਲਾ ਸਕਦਾ ਇਸ ਕਰਕੇ ਡਰੋਨ ਵੀ ਜਿਹੜਾ ਇਹਨੂੰ ਵੀ ਹੋਰ ਕੋਈ ਨਹੀਂ ਚਲਾ ਸਕਦਾ ਜਿਸ ਤਰ੍ਹਾਂ ਤੁਸੀਂ ਇਕੱਲੇ ਚਲਾ ਸਕਦੇ ਹੋ ਤੁਹਾਡੀਆਂ ਜਿਹੜੀਆਂ ਹੋਰ ਕੋਈ ਮਹਿਲਾਵਾਂ ਜੁੜੀਆਂ ਹੋਈਆਂ ਨੇ ਤੁਹਾਡੇ ਨਾਲ ਅਗਰ ਉਹਨਾਂ ਨੂੰ ਕਿਤੇ ਪਿੰਡ ਦੇ ਵਿੱਚ ਕੰਮ ਮਿਲ ਜਾਂਦਾ ਤੇ ਉਹ ਫਿਰ ਤੁਹਾਡੇ ਤੱਕ ਹੀ ਪਹੁੰਚ ਕਰਨਗੇ ਹਾਂਜੀ ਮੇਰੇ ਤੱਕ ਪਹੁੰਚ ਕਰਨਗੇ ਮੈਨੂੰ ਬੁਲਾਉਣਗੇ ਮੈਂ ਆ ਹੀ ਜਾਊਂਗੀ ਤੇ ਫਿਰ ਮੈਂ ਹੀ ਜਾ ਕੇ ਸਪਰੇਅ ਕਰਕੇ ਆਉਂਗੀ ਉਹਦੇ ਵਿੱਚ ਫਿਰ ਬੈਨੀਫਿਟ ਤੁਹਾਨੂੰ ਹੋ ਗਿਆ ਨਾ ਜੋ ਕਮਾਈ ਹੋਏਗੀ ਤੁਸੀਂ ਲੈਗੇ ਤੇ ਫਿਰ ਜਿਨੇ ਬੁੱਕ ਕੀਤਾ ਜਾਂ ਜਿਹੜੀ ਮਹਿਲਾ ਨੇ ਤੁਹਾਨੂੰ ਦੱਸਿਆ ਕਿ ਇਸ ਜਗ੍ਹਾ ਤੇ ਆਣਾ ਵਾ ਇਦਾਂ ਕਰਨਾ ਵਾ ਉਹਨੂੰ ਕੀ ਬੈਨੀਫਿਟ ਹੋਏਗਾ ਨਹੀਂ ਸਰ ਅਜੇ ਇਸ ਚੀਜ਼ ਬਾਰੇ ਤੇ ਕੁਝ ਵੀ ਨਹੀਂ ਦੱਸਿਆ ਗਿਆ ਕਿ ਜਾਂ ਕੋਈ ਬੁਲਾ ਰਿਹਾ ਤੁਹਾਨੂੰ ਤੇ ਉਹਨੂੰ ਵੀ ਕੁਝ ਚਾਹੀਦਾ ਹੈ ਵਿੱਚੋਂ ਨਹੀਂ ਇਹਦੇ ਬਾਰੇ ਕੁਝ ਨਹੀਂ ਇਹ ਕੋਈ ਗੱਲ ਨਹੀਂ ਹੋਈ ਇਸ ਤਿੱਕ ਨੂੰ ਵੀ ਸੋਚਣਾ ਪਏਗਾ ਜਦੋਂ ਮਹਿਲਾਵਾਂ ਤੁਹਾਡੇ ਗਰੁੱਪ ਚ ਜੁੜੀਆਂ ਹੋਈਆਂ ਨੇ ਮੰਨ ਲਓ ਇਹਨਾਂ ਨੇ ਸਿੱਖ ਲਿਆ ਡਰੋਨ ਸਿਰਫ ਇਹਨਾਂ ਕੋਲ ਹੈ ਲਾਇਸੈਂਸ ਸਿਰਫ ਇਹਨਾਂ ਕੋਲ ਜੇ ਕੱਲ ਨੂੰ ਇਹ ਚਲਾ ਕੇ ਆਪਣੇ ਪਿੰਡ ਦੇ ਵਿੱਚ ਕਿਤੇ ਕਮਾਈ ਕਰਨਾ ਚਾਹਣ ਤੇ ਕਿਵੇਂ ਕਰ ਸਕਦੇ ਫਿਰ ਉਹ ਮੈਂ ਤੇ ਸਰ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜੇ ਕੋਈ ਔਰਤ ਸਿੱਖਣਾ ਚਾਹੁੰਦੀ ਆ ਬਕਾਇਦਾ ਉਹਦਾ ਲਾਇਸੈਂਸ ਬਣੇਗਾ ਉਹ ਲਾਇਸੈਂਸ ਆਪਣਾ ਬਣਵਾਵੇ ਲਾਇਸੈਂਸ ਬਣਾ ਕੇ ਫਿਰ ਇਸ ਪਾਲਿਸੀ ਦੇ ਅਧੀਨ ਜੋ ਵੀ ਸਾਨੂੰ ਹਿਦਾਇਤਾਂ ਹੋਣਗੀਆਂ ਸਾਡੇ ਡਿਪਾਰਟਮੈਂਟ ਦੀਆਂ ਆਜੀਵਿਕਾ ਮਿਸ਼ਨ ਦੀਆਂ ਉਹਦੇ ਤਹਿਤ ਹੀ ਅਸੀਂ ਅੱਗੇ ਵਧਾਂਗੇ ਉਹ ਡਰੋਨ ਫਿਰ ਉਹਨਾਂ ਨੂੰ ਵੱਖਰਾ ਦੇਖੋ ਜੀ ਇਹ ਤਾਂ ਕੋਈ ਪਾਲਿਸੀ ਹੁੰਦੀ ਹੈ ਜਿਵੇਂ ਜਦੋਂ ਜਿਵੇਂ ਵੀ ਕੰਮ ਆਉਂਦਾ ਜੇ ਸਬਸਿਡੀ ਤੇ ਲੈਣਾ ਚਾਹਣ ਤੇ ਸਬਸਿਡੀ ਤੇ ਵੀ ਕਿਉਂਕਿ ਸਾਡੇ ਵੀ ਪਿੰਡੇ ਦੇ ਵਿੱਚ ਥੋੜੇ ਦਿਨ ਪਹਿਲਾਂ ਅਸੀਂ ਜਦੋਂ ਮੋਦੀ ਜੀ ਦੀ ਬੈਨ ਆਈ ਸੀ ਉਸ ਦੇ ਵਿੱਚ ਵੀ ਇਹ ਡਰੋਨ ਦੀ ਜਿਹੜੀ ਪ੍ਰੈਜੈਂਟੇਸ਼ਨ ਹੋਈ ਸੀ ਤੇ ਅਸੀਂ ਇਹਦੇ ਬਾਰੇ ਇੰਟਰਸਟ ਦਿਖਾਇਆ ਔਰ ਮੈਂ ਉੱਥੇ ਸਾਰੀ ਆਪਣੀ ਨੌਲੇਜ ਲੈਣੀ ਚਾਹੀਈ ਉਹਨਾਂ ਨੂੰ ਮੈਂ ਪੁੱਛਿਆ ਸਰ ਨੂੰ ਕਿ ਇਹ ਕਿਵੇਂ ਆ ਕਿਵੇਂ ਮਿਲ ਸਕਦਾ ਤੇ ਮੈਂ ਤਾਂ ਉਦੋਂ ਹੀ ਸੋਚਿਆ ਹੀ ਸੀ ਕਿ ਮੈਂ ਕਿਹਾ ਚਾਹੇ ਮੈਨੂੰ ਇਹ ਸਬਸਿਡੀ ਤੇ ਲੈਣਾ ਪਏ ਮੈਂ ਲਵਾਂਗੀ ਜਰੂਰ ਤੇ ਮੈਂ ਆਪਣਾ ਕੰਮ ਚਲਾਵਾਂਗੀ ਤੇ ਮੈਨੂੰ ਪਤਾ ਹੀ ਨਹੀਂ ਸੀ ਕਿ ਇੰਨੀ ਜਲਦੀ ਮੇਰਾ ਜਿਹੜਾ ਇਹ ਸੁਪਨਾ ਇਹ ਤੇ ਹੋ ਸਕਦਾ ਨਾ ਜਿਸ ਇਹ ਤੇ ਹੋ ਸਕਦਾ ਜਿਦਾ ਤੁਹਾਡਾ ਸੈਲਫ ਹੈਲਪ ਗਰੁੱਪ ਹੈਗਾ ਤੁਸੀਂ ਮੰਨ ਲਓ ਇੱਕ ਗਰੁੱਪ ਦੇ ਵਿੱਚ 20 ਮਹਿਲਾਵਾਂ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ ਕੱਲ ਨੂੰ ਤੁਸੀਂ ਡਰੋਨ ਲੈਣਾ ਚਾਹੋ ਤੁਹਾਡਾ ਗਰੁੱਪ ਲੈਣਾ ਚਾਹੇ ਤਾਂ 20 ਦੀਆਂ 20 ਮਹਿਲਾਵਾਂ ਮਿਲ ਕੇ ਡਰੋਨ ਲੈ ਸਕਦੀਆਂ ਨੇ ਤੇ 20 ਦੀਆਂ 20 ਮਹਿਲਾਵਾਂ ਟ੍ਰੇਨਿੰਗ ਲੈ ਕੇ ਲਾਇਸੈਂਸ ਬਣਾ ਕੇ ਚਲਾ ਵੀ ਸਕਦੀਆਂ ਸਕਦੇ ਨੇ ਜੀ ਚਲਾ ਸਕਦੇ ਨੇ ਇਹ ਸਾਹਿਬ ਨੂੰ ਅਧਿਕਾਰ ਹੈ ਕਿਉਂਕਿ ਉਹ ਵੀ ਸਾਡੇ ਵਰਗੀਆਂ ਪਹਿਣਾ ਨੇ ਜੇ ਅਸੀਂ ਅੱਗੇ ਵਧੇ ਆ ਆਪਣੀ ਹਿੰਮਤ ਦੇ ਨਾਲ ਇਹਦੇ ਵਿੱਚ ਇਹ ਮੁਸ਼ਕਲ ਹੈ ਕਿ ਕਈ ਵਾਰੀ ਔਰਤਾਂ ਜਿਹੜੀਆਂ ਨੇ ਅੱਗੇ ਵਧਣ ਦਾ ਅਹਿਸਾਸ ਹੀ ਨਹੀਂ ਨਾ ਕਰਦੀਆਂ ਅਸੀਂ ਉਹਨਾਂ ਨੂੰ ਕਾਫੀ ਮੋਟੀਵੇਟ ਕਰਦੇ ਕਿ ਆਓ ਨਿਕਲੋ ਕੋਈ ਕੰਮ ਕਰੋ ਪਰ ਕਈ ਵਾਰੀ ਉਹਨਾਂ ਨੂੰ ਘਰ ਤੋਂ ਇਜਾਜ਼ਤ ਨਹੀਂ ਹੁੰਦੀ ਤੇ ਕਈ ਵਾਰੀ ਉਹ ਖੁਦ ਵੀ ਆਪਣਾ ਜਿਹੜਾ ਹੈ ਉਸ ਦਾ ਹੌਸਲਾ ਨਹੀਂ ਬੁਲੰਦ ਕਰਦੀਆਂ ਕਿ ਅਸੀਂ ਅੱਗੇ ਵਧিয়ে ਜਾਈਏ ਔਰ ਕਈਆਂ ਦੀ ਕੁਦਰਤੀ ਵੀ ਨੇਚਰਲੀ ਵੀ ਉਹਨਾਂ ਦੀ ਜਿਹੜੀ ਆ ਕਿਸਮਤ ਜਿਹੜੀ ਉਹ ਡਾਊਨ ਹੁੰਦੀ ਹੈ ਕਿ ਕੁਝ ਦੀਦੀਆਂ ਨਾਲ ਮੇਰਾ ਇਦਾਂ ਦਾ ਵਾਹ ਪਿਆ ਕਿ ਉਹ ਕੰਮ ਵੀ ਕਰਨਾ ਚਾਹੁੰਦੀਆਂ ਮਨਾਂ ਨੂੰ ਕਹਿੰਨੀ ਵੀ ਆ ਕਿ ਜਾਓ ਪਰ ਉਹ ਕਹਿ ਦਿੰਦੇ ਕਿ ਨਹੀਂ ਅਸੀਂ ਸਾਨੂੰ ਘਰ ਤੋਂ ਇਜਾਜ਼ਤ ਨਹੀਂ ਹੈ ਜਾਂ ਕਿਵੇਂ ਆ ਤੇ ਕੁਝ ਏਵੇਂ ਲੱਕੀ ਹੁੰਦੇ ਨੇ ਕਿ ਜਿਨ੍ਹਾਂ ਨੂੰ ਕਿਹਾ ਵੀ ਨਹੀਂ ਜਾਂਦਾ ਤੇ ਉਹ ਆਪਣੇ ਆਪ ਅੱਗੇ ਵਧ ਕੇ ਆਉਂਦੀਆਂ ਨੇ ਤੇ ਕੁਝ ਪਾ ਲੈਂਦੀਆਂ ਨੇ ਬਿਲਕੁਲ ਕਿਤਨਾ ਕਿਤੇ ਇਹ ਦੇਖਿਆ ਜਾਵੇ ਤਾਂ ਕੇਂਦਰ ਸਰਕਾਰ ਦੇ ਵੱਲੋਂ ਇਹ ਜਿਹੜੀ ਸਕੀਮ ਜਰੀਏ ਲਾਗੂ ਕੀਤੀ ਗਈ ਹੈ ਔਰਤਾਂ ਦੇ ਲਈ ਜਿਹੜੇ ਸੈਲਫ ਹੈਲਪ ਗਰੁੱਪ ਬਣੇ ਹੋਏ ਨੇ ਉਹਨਾਂ ਦੇ ਵਿੱਚ ਇਹ ਡਰੋਨ ਦੀ ਟ੍ਰੇਨਿੰਗ ਜਿਹੜੀ ਆ ਉਹਨਾਂ ਔਰਤਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਕਿ ਇਹ ਡਰੋਨ ਦੀ ਟ੍ਰੇਨਿੰਗ ਲੈ ਕੇ ਉਹ ਡਰੋਨ ਪਾਇਲਟ ਬਣ ਸਕਣ ਲਾਇਸੈਂਸ ਹਾਸਲ ਕਰ ਸਕਣ ਤੇ ਸਬਸਿਡੀ ਤੇ ਇਹ ਡਰੋਨ ਕੇਂਦਰ ਸਰਕਾਰ ਦੀ ਸਕੀਮ ਦੇ ਅਧੀਨ ਲੈ ਕੇ ਤੇ ਆਪਣੇ ਘਰ ਬੈਠ ਕੇ ਹੀ ਕਮਾਈ ਦਾ ਇੱਕ ਸਾਧਨ ਬਣਾ ਸਕਣ ਜ਼ਰੂਰਤ ਹੈ ਮਹਿਲਾਵਾਂ ਨੂੰ ਵੱਧ ਤੋਂ ਵੱਧ ਅੱਗੇ ਆਣ ਦੀ ਤੇ ਇਹਨਾਂ ਸੈਲਫ ਹੈਲਪ ਗਰੁੱਪਾਂ ਨਾਲ ਜੁੜ ਕੇ ਆਪਣੇ ਪਰਿਵਾਰ ਦੇ ਲਈ ਇੱਕ ਅਲੱਗਾ ਤੌਰ ਤੇ ਕਮਾਈ ਦਾ ਸਾਧਨ ਖੜਾ ਕਰਨ ਕੈਮਰਾ ਪਰਸਨ ਪਰਮਿੰਦਰ ਦੇ ਨਾਲ ਪਪਾਲ ਸਿੰਘ ਪੰਜਾਬ ਨਹੀਂ ਬਟਾਲਾ